ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਹਰ ਹਫਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਉਹਗੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕ ਜੀ ਆਪਣੇ ਨੇ ਪਰ ਮਾਨਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤਰ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਖਬਰਾਂ ਨੇ ਇਹਦੇ ਵੱਲ ਮੁੱਢਲੀ ਝਾਤ ਪਾਉਂਦੇ ਆ ਹਾਫੀਦ ਸਈਦ ਦੀ ਲਾਹੌਰ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪਾਕਿਸਤਾਨ ਦੇ ਅੰਦਰ ਆਪਾਂ ਜਾਣਦੇ ਹਾਂ ਮੁੰਬਈ ਦੇ ਵਿੱਚ ਹਮਲੇ ਦੇ ਮਾਸਟਰਮਾਈਂਡ ਦੇ ਤੌਰ ਦੇ ਉੱਤੇ ਹਾਫੀਦ ਸਈਦ ਨੂੰ ਗਲੋਬਲ ਅੱਤਵਾਦੀ ਦੇ ਤੌਰ ਦੇ ਉੱਤੇ ਐਲਾਨਿਆ ਗਿਆ ਸੀ ਕੁਝ ਸਮਾਂ ਪਹਿਲਾਂ ਹੀ ਜੇ ਅਸੀਂ ਗੱਲ ਕਰਦੇ ਹਾਂ ਕਲਮੂਛਣ ਯਾਦਵ ਜੋ ਕਿ ਪਾਕਿਸਤਾਨੀ ਜੇਲ੍ਹ ਦੇ ਵਿੱਚ ਬੰਨ ਤੇ ਉਹਦੀ ਫਾਂਸੀ ਦੇ ਉੱਤੇ ਅੰਤਰਰਾਸ਼ਟਰੀ ਅਦਾਲਤ ਦੇ ਵੱਲੋਂ ਹਾਲ ਦੀ ਕੜੀ ਰੋਕ ਲਾਈ ਗਈ ਹੈ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਜੋ ਤਣਾ ਤਣੀ ਚੱਲਦੀ ਆ ਉਹ ਹਾਲ ਦੀ ਕੜੀ ਮੁੱਕਣ ਦਾ ਨਾਂ ਲੈਂਦੀ ਨਹੀਂ ਜੱ ਆਦਾ ਖਬਰ ਦੇ ਮੁਤਾਬਕ ਸਿੱਧੂ ਹੋਰੀ ਦਿੱਲੀ ਵੱਲ ਉਡਾਣ ਭਰ ਗਏ ਆ ਕੈਪਟਨ ਹੋਰੀ ਦਿੱਲੀੋਂ ਚੰਡੀਗੜ੍ਹ ਦੇ ਵਿੱਚ ਉਤਰ ਆਏ ਆ ਯਾਨੀ ਕਿ ਹਾਲੇ ਤੱਕ ਕੋਈ ਗੱਲ ਤਣਪਤਣ ਨਹੀਂ ਲੱਗੀ ਤੇ ਜੇ ਅਸੀਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਪਾਣੀ ਦੀ ਨਿਕਾਸੀ ਦੀ ਤੇ ਪਾਣੀ ਦੇ ਡਿੱਗਦੇ ਪੱਦਰ ਦੀ ਤਾਂ ਕਿੰਨਾ ਚੰਗਾ ਹੁੰਦਾ ਜੇਕਰ ਪੰਜਾਬ ਦੇ ਵਿੱਚ ਮੀਂਹ ਦਾ ਪਾਣੀ ਜੀਰ ਜਾਂਦਾ ਜੇਕਰ ਮੀਂਹ ਦਾ ਪਾਣੀ ਸੰਭਾਲ ਲਿਆ ਜਾਂਦਾ ਧਰਤੀ ਦੇ ਵਿੱਚ ਪਹੁੰਚਦਾ ਸਾਵਣ ਦਾ ਮਹੀਨਾ ਪਹਿਲੀ ਤਰੀਕ ਪਹਿਲਾ ਮੀਂਹ ਤੇ ਜਿਸ ਤਰੀਕੇ ਦੇ ਨਾਲ ਬਠਿੰਡਾ ਯਾਨੀ ਕਿ ਪੰਜਾਬ ਦਾ ਪੈਰਿਸ ਡੁੱਬਿਆ 6-6 ਫੁੱਟ ਡੂੰਘੇ ਪਾਣੀ ਦੇ ਵਿੱਚ ਉਸ ਤੋਂ ਬਾਅਦ ਦਿਉਰ ਪਰਝਾਈ ਦੇ ਵਿੱਚ ਯਾਨੀ ਕਿ ਹਰ ਸਿਮਰਤਖ ਕੋਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਟਵੀਟੋ ਟਵੀਟੀ ਜਿਹੜੀ ਜੰਗ ਛੜੀ ਹੈ ਇਹਦੇ ਬਾਬਤ ਜਾਣਾਂਗੇ ਸੀਬੀਆਈ ਦੇ ਵੱਲੋਂ ਜੋ ਬੇਅਦਬੀ ਮਾਮਲੇ ਦੇ ਉੱਤੇ ਕਲੋਜ਼ਰ ਰਿਪੋਰਟ ਆ ਜਿਹੜੀ ਉਹ ਅਰਜੀ ਦੇ ਵਿੱਚ ਦਾਖਲ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਇਹਦੇ ਬਾਬਤ ਜਾਣਕਾਰੀ ਲਵਾਂਗੇ ਤੇ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਇਹਦੇ ਬਾਰੇ ਮਾਨਕ ਸਾਹਿਬ ਦਾ ਪਹਿਲਾ ਸਵਾਗਤ ਕਰਦੇ ਆ। ਸ਼ੁਕਰੀਆ ਜੀ। ਮਾਨਕ ਸਾਹਿਬ ਹਾਫੀ ਸੇਦ ਦੀ ਗ੍ਰਿਫਤਾਰੀ ਇਹਨੂੰ ਤੁਸੀਂ ਕਿੰਨਾ ਕੁ ਮਹੱਤਵਪੂਰਨ ਮੰਨਦੇ ਹੋ ਤੇ ਕਿਹੜੇ ਪੱਖ ਤੋਂ ਲੈਣੇ ਹੋ ਇਹਨੂੰ? ਟਣਾ ਜੀ ਇਸ ਵੇਲੇ ਪਾਕਿਸਤਾਨ ਜਿਹੜਾ ਇੱਕ ਮੰਤਰੀ ਪਦਰ ਤੇ ਬਹੁਤ ਜ਼ਿਆਦਾ ਦਬਾਹ ਹੇਠ ਹੈ। ਕਿ ਅਮਰੀਕਾ ਨੇ ਬੜਾ ਸਪਸ਼ਟ ਰੂਪ ਵਿੱਚ ਕਈ ਵਾਰ ਬਿਆਨ ਦਿੱਤੇ ਆ। ਉੱਥੇ ਦੇ ਰਾਸ਼ਟਰਪਤੀ ਟਰੰਪ ਨੇ ਵਿਸ਼ੇਸ਼ ਤੌਰ ਤੇ ਕਿ ਪਾਕਿਸਤਾਨ ਜਿਹੜਾ ਆਪਣੀ ਧਰਤੀ ਤੇ ਕੰਮ ਕਰ ਰਹੀਆਂ ਅਤਵਾਦੀ ਜਥੇਬੰਦੀਆਂ ਚਾਹੇ ਉਹ ਭਾਰਤ ਵਿਰੋਧ ਕੰਮ ਕਰਦੀਆਂ। ਜਿਹੜੇ afghanistan ਵਿਰੁੱਧ ਕੰਮ ਕਰਦੀਆਂ ਉਹਨਾਂ ਨੂੰ ਕਾਬੂ ਕਰੇ ਉਹਨਾਂ ਤੇ ਕੰਟਰੋਲ ਕਰੇ ਉਹਨਾਂ ਦੇ ਜਿਹੜੇ ਵਿਤੀ ਸਰੋਤ ਹੈ ਪਾਕਿਸਤਾਨ ਦੇ ਅੰਦਰ ਉਹਨਾਂ ਨੂੰ ਖਤਮ ਕਰੇ ਤੇ ਉਹਨਾਂ ਦੀਆਂ ਸਰਗਰਮੀਆਂ ਤੇ ਰੋਕ ਲਾਵੇ ਤੇ ਭਾਰਤ ਵੀ ਜਿਹੜਾ ਕ ਮੰਤਰੀ ਪੱਧਰ ਤੇ ਪਾਕਿਸਤਾਨ ਦੀ ਜਿਹੜੀ ਦੋਰੀ ਖੇੜਿਆ ਇਹਨੂੰ ਬੇਨਕਾਬ ਕਰਦਾ ਰਹਿੰਦਾ ਭਾਰਤ ਵੱਲੋਂ ਵੀ ਯਤਨ ਕੀਤੇ ਜਾਂਦੇ ਆ ਕਿ ਇੱਕ ਮੰਤਰੀ ਭਾਈਚਾਰਾ ਪਾਕਿਸਤਾਨ ਉੱਪਰ ਦਬਾਅ ਪਾਵੇ ਹੁਣ ਇਹ ਦਬਾਅ ਕਾਫੀ ਵੱਧ ਗਿਆ ਹੈਗਾ ਤੇ ਦੂਜੇ ਪਾਸੇ ਪਾਕਿਸਤਾਨ ਦੀ ਆਰਥਿਕ ਸਥਿਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਪਾਕਿਸਤਾਨ ਨੂੰ ਇਸ ਵੇਲੇ ਜਿਹੜਾ ਦੂਜੇ ਦੇਸ਼ਾਂ ਤੋਂ ਵਿਤਿ ਮਦਦ ਦੀ ਲੋੜ ਆ ਆਈਐਮਐਫ ਨਾਲ ਵੀ ਇੱਕ ਉਹਨੇ ਬਹੁਤ ਵੱਡਾ ਸਮਝੌਤਾ ਕੀਤਾ ਜਿਹਦੇ ਵਿੱਚ ਉਹਨੂੰ 6 ਅਰਬ ਡਾਲਰ ਦਾ ਉਹਨੂੰ ਜਿਹੜਾ ਉਹ ਕਰਜ਼ਾ ਮਿਲ ਰਿਹਾ ਤੇ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਜਿੱਥੇ ਪਾਕਿਸਤਾਨ ਅਤਵਾਦ ਦੇ ਮੁੱਦੇ ਤੇ ਇੱਕ ਮੰਤਰੀ ਪੱਧਰ ਤੇ ਅਲੱਗ-ਥਲੱਗ ਹੌਣ ਵਾਲੇ ਹੁਣ ਦੇਰ ਕੰਡੇ ਪਹੁੰਚਿਆ ਹੋਇਆ ਦੂਜੇ ਪਾਸੇ ਵਿੱਤੀ ਸੰਕਟ ਦਾ ਸ਼ਿਕਾਰ ਹੈ ਇਹਨਾਂ ਸਥਿਤੀਆਂ ਨੂੰ ਮੁੱਖ ਰੱਖਦੇ ਆਂ ਪਾਕਿਸਤਾਨ ਨੂੰ ਕੁਝ ਨਾ ਕੁਝ ਕਰਕੇ ਦਿਖਾਉਣਾ ਪੈ ਰਿਹਾ ਇਹ ਤੋਂ ਵੀ ਇੱਕ ਅਗਲੀ ਗੱਲ ਇਹ ਆ ਕਿ ਯੂ ਐਨਓ ਦੀ ਜਿਹੜੀ ਇੱਕ ਏਜੰਸੀ ਹੁੰਦੀ ਆ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਜਿਹੜੀ ਕਿ ਕ ਮੰਤਰੀ ਪੱਧਰ ਤੇ આતਵਾਦੀ ਜਥੇਬੰਦੀ ਆਤਵਾਦੀ ਜਥੇਬੰਦੀਆਂ ਦੇ ਵਿਤੀ ਸਰੋਤਾਂ ਤੇ ਨજર ਰੱਖਦੀ ਹੈ ਕਿ ਉਹਨਾਂ ਨੂੰ ਵਿਤੀ ਸਰੋਤ ਕਿੱਥੋਂ ਕਿੱਥੋਂ ਮਿਲ ਰਿਹਾ ਹੈ ਤੇ ਉਹਨਾਂ ਨੂੰ ਕਿਵੇਂ ਰੋਕਣਾ ਤੇ ਜਿਹੜੇ ਲੋਕ ਆਤਵਾਦੀ ਜਥੇਬੰਦੀਆਂ ਨੂੰ ਪੈਸੇ ਦਿੰਦੇ ਆ ਖਾਸ ਕਰਕੇ ਦੇਸ਼ ਜਿਹੜੇ ਪੈਸੇ ਦਿੰਦੇ ਆ ਉਹਨਾਂ ਤੇ ਉਹ ਪਾਬੰਦੀਆਂ ਲਾਉਂਦੀ ਆ ਏਜੰਸੀ ਰਿਪੋਰਟ ਦਿੰਦੀ ਆ ਤੇ ਜੁਐਨੋ ਪਾਬੰਦੀਆਂ ਲਾ ਦਿੰਦੀ ਆ ਉਹਦੇ ਵਿੱਚ ਵੀ ਪਾਕਿਸਤਾਨ ਐਸ ਵੇਲੇ ਗ੍ਰੇ ਲਿਸਟ ਚ ਹੈ ਕਿ ਜੇ ਪਾਕਿਸਤਾਨ ਕੁਝ ਕਰਕੇ ਨਹੀਂ ਦਿਖਾਦਾ ਤੇ ਪਾਕਿਸਤਾਨ ਨੂੰ ਜਿਹੜੀ ਏਜੰਸੀ ਹੈ ਬਲੈਕਲਿਸਟ ਕਰ ਦੇਗੀ ਤੇ ਕ ਮੰਤਰੀ ਤੌਰ ਤੇ ਉਤੇ ਆਰਥਿਕ ਪੁੰਡੀਆਂ ਲੱਗਣਗੀਆਂ ਉਹ ਦੂਜੇ ਦੇਸ਼ਾਂ ਤੋਂ ਜਾਂ ਜਿਹੜੀਆਂ ਕ ਮੰਤਰੀ ਵਿੱਤੀ ਸੰਸਥਾਾਂ ਆ ਉਹਨਾਂ ਤੋਂ ਉਹ ਪੈਸੇ ਵੀ ਨਹੀਂ ਲੈ ਸਕਣਗੇ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਘਿਰਿਆ ਹੋਇਆ ਪਾਕਿਸਤਾਨ ਹੈ ਤੇ ਇਹਨਾਂ ਹਾਲਾਤਾਂ ਚ ਥੋੜੇ ਦਿਨਾਂ ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦਾ ਦੌਰਾ ਕਰਨ ਵਾਲੇ ਆ ਉਹਨਾਂ ਨੇ ਟਰੰਪ ਨਾਲ ਮੁਲਾਕਾਤ ਕਰਨੀ ਆ ਤੇ ਉਹਨਾਂ ਪਰ ਦਬਾਅ ਸਗਿਆ ਕਿ ਕੁਝ ਕਰਕੇ ਦਿਖਾਇਆ ਜਾਵੇ ਇਸ ਗੱਲ ਨੂੰ ਮੁੱਖ ਰੱਖ ਕੇ ਜਿਹੜੀ ਹਵਜਤ ਦੀ ਗ੍ਰਿਫਤਦਾਰੀ ਹੋਈ ਹੈ ਤੇ ਇਸੇ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਦੇ 23 ਦੇ ਲਗਭਗ ਜਿਹੜੇ ਆ ਉਹ ਕੇਸ ਦਰਜ ਕੀਤੇ ਗਏ ਆ ਇੱਕ ਅੱਦੇ ਕੇਸ ਵਿੱਚ ਤਾਂ ਅਦਾਲਤ ਨੇ ਉਹਨਾਂ ਦੀ ਗਾਮੀ ਤੌਰ ਤੇ ਜ਼ਮਾਨਤ ਵੀ ਲੈ ਲਈ ਸੀ ਪਰ ਬਾਕੀ ਕੇਸਾਂ ਦੇ ਮਾਮਲੇ ਚੋ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਨੂੰ ਗੁਜਰਾਂਵਾਲਾ ਤੋਂ ਗ੍ਰਿਫਤਦਾਰ ਕਰ ਲਿਆ ਗਿਆ ਤੇ ਇਹਦੇ ਤੇ ਜਿਹੜਾ ਕ ਮੰਤਰੀ ਭਾਈਚਾਰੇ ਦਾ ਦਵਾ ਪੈ ਰਿਹਾ ਉਹਦਾ ਇਹ ਸਿੱਟਾ ਹੈ پاکستان ਆਪਣੀ ਜਿਹੜੀ ਆ ਅਤਵਾਦੀ ਜਥੇਬੰਦੀਆਂ ਨੂੰ ਸਮਰਥਨ ਦੇਣ ਦੀ ਨੀਤੀ ਪੱਕੇ ਤੌਰ ਤੇ ਬੰਦ ਕਰਦਾ ਜਾਂ ਨਹੀਂ ਕਰਦਾ ਇਹਦੇ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਜੀ ਤੇ ਮਾਨਕ ਸਾਹਿਬ ਕਲਬੂਸ਼ਨ ਯਾਦਵ ਦੀ ਫਾਂਸੀ ਦੇ ਉੱਤੇ ਅੰਤਰਰਾਸ਼ਟਰੀ ਅਦਾਲਤ ਨੇ ਰੋਕ ਲਾਈ ਹੈ ਇਹਦੇ ਬਾਬਤ ਕੀ ਕਹਿਣਾ ਚਾਹੋਗੇ ਟੈਣਾ ਜੀ ਗੱਲ ਇਹ ਆ ਕਿ ਜਦੋਂ 2016 'ਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਨੂੰ ਦਿਖਾਇਆ ਤਾਂ ਇਹ ਆ ਪਾਕਿਸਤਾਨ ਨੇ ਕਿ ਅਸੀਂ ਉਹਨੂੰ ਜਿਹੜਾ ਦੂਜੇ ਜੋ ਪਾਕਿਸਤਾਨ ਦੇ ਅੰਦਰੋਂ ਫੜਿਆ ਅਸਲ ਗੱਲ ਇਹ ਆ ਕਿ ਉਹ 이란 ਤੋਂ ਉਹਨੂੰ ਇੱਕ ਟੰਗ ਨਾਲ ਅਗਵਾ ਕਰਕੇ ਉਹ ਪਾਕਿਸਤਾਨ ਦੀ ਏਜੰਸੀ ਉਹਨੂੰ ਪਾਕਿਸਤਾਨ ਲੈ ਕੇ ਗਈ ਸੀ ਤੇ ਉਹਦੇ ਤੇ ਦੋਸ਼ ਇਹ ਆ ਕਿ ਉਹ بلوچستان ਦੇ ਵਿੱਚ ਭੰਤੋੜਦੀਆਂ ਕਾਰਵਾਈਆਂ ਕਰਵਾਉਂਦਾ ਸੀਗਾ ਤੇ ਜਾਂ ਉਹ ਭਾਰਤ ਲਈ ਜਸੂਸੀ ਕਰਦਾ ਸੀ ਤੇ ਪਾਕਿਸਤਾਨ ਦਾ ਪੱਖ ਇਹ ਆ ਕਿ ਉਹ ਭਾਰਤ ਦਾ ਜਿਹੜਾ ਰਾਦ ਹੈ ਏਜੰਟ ਹੈ ਦੂਜੇ ਪਾਸੇ ਪਾਕਿਸਤਾਨ ਦਾ ਦੂਜੇ ਪਾਸੇ ਭਾਰਤ ਦਾ ਪੱਖ ਇਹ ਆ ਕਿ ਉਹ ਅਜਾਦਾਨਾ ਤੌਰ ਤੇ ਈਰਾਨ ਵਿੱਚ ਕਾਰੋਬਾਰ ਕਰਦਾ ਸੀਗਾ ਤੇ ਉਹ ਉਸੇ ਹੀ ਕਾਰੋਬਾਰ ਦੇ سلسلے ਚ ਈਰਾਨ ਗਿਆ ਹੋਇਆ ਸੀ ਤੇ ਉਹਨੂੰ ਚਾਹ ਬਹਾਰ ਬੰਦਰਗਾਹ ਜਿਹੜੀ ਆ ਜਿਹੜਾ ਭਾਰਤ ਡਿਵੈਲਪ ਕਰ ਰਿਹਾ ਉਹਦੇ ਨੇੜੇ ਤੋਂ ਉਹਨੂੰ ਗ੍ਰਿਫਤਾਰ ਕਰਕੇ ਜਾਂ ਅਗਵਾ ਕਰਕੇ ਲੈ ਜਾਂਦਾ ਗਿਆ ਸੋ ਦੋਮਾ ਗੱਲਾਂ ਚੋਂ ਕੋਈ ਵੀ ਗੱਲ ਜਿਹੜੀ ਆ ਸੱਚ ਹੋਵੇ ਜਾਂ ਕੋਈ ਵੀ ਪੱਕ ਹੋਵੇ ਜੇ ਉਹ ਜਿਸੂਸ ਵੀ ਹੱਤਾਵੇਂ ਜੇ ਪਾਕਿਸਤਾਨ ਦੇ ਅੰਦਰ ਉਹਦੇ ਤੇ ਕੇਸ ਚਲਾਉਣਾ ਸੀਗਾ ਤੇ ਉਹ ਪਰਦਾਸ਼ੀ ਢੰਗ ਨਾਲ ਜਿਹੜਾ ਸਿਵਲ ਅਦਾਲਤ 'ਚ ਚੱਲਣਾ ਚਾਹੀਦਾ ਸੀ ਤੇ ਉਹਨੂੰ ਆਪਣਾ ਵਕੀਲ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ ਤੇ ਇਸ ਤੋਂ ਇਲਾਵਾ ਜਿਹੜੇ ਪਾਕਿਸਤਾਨ ਭਾਰਤ ਦੇ ਜਿਹੜੇ ਇਸਲਾਮਾ ਸਤੇ اسلامਾਬਾਦ ਸਤੇ ਤੇ ਜਿਹੜਾ ਸਾਡਾ ਸਫਾਰਤਖਾਨਾ ਉਹਨਾਂ ਨੂੰ ਜਿਹੜਾ ਕਿਉਂਕਿ ਉਹ ਭਾਰਤ ਦਾ ਨਾਗਰਿਕ ਹੈ ਉਹਦੇ ਜਿਹੜੇ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਉਹਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਸੀ ਇਹ ਸਾਰੀਆਂ ਜਿਹੜੇ ਜਿਹੜਾ ਅੱਜ ਮੰਤਰੀ ਜਿਹੜਾ ਕਾਨੂੰਨ ਦੇ ਤਕਾਜ਼ੇ ਆ ਸਾਰੇ ਇਹ ਪਾਕਿਸਤਾਨ ਨੇ ਪੂਰੇ ਨਹੀਂ ਕੀਤੇ ਉਹਨਾਂ ਦਾ ਚੁੱਪ-ਗੁਪ ਚੁੱਪ-ਗੁਪ ਠੰਗਣਾਲ ਜਿਹੜੀ ਉਹਦੀ ਫੌਜੀ ਅਦਾਲਤ ਚੋਂ ਤੇ ਕੇਸ ਚਲਾ ਕੇ ਉਹਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕਰਤਾ ਤੇ ਇਹਦੇ ਖਿਲਾਫ ਭਾਰਤ ਨੇ ਜਿਹੜਾ ਕਮੰਤਰੀ ਅਦਾਲਤ ਹੈਗ ਵਿੱਚ ਲੱਗਦੀ ਹੈ ਉਹਦੇ ਚ ਅਪੀਲ ਪਾਈ ਸੀ ਕਿ ਪਾਕਿਸਤਾਨ ਨੇ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਉਹ ਤੇ ਰੋਕ ਲਈ ਜਾਏ ਤੇ ਜਿਹੜੀ ਭਾਰਤੀ ਜਿਹੜੇ ਸਪਰਤਕਾਂ ਦੇ ਅਧਿਕਾਰੀ ਹੈ ਉਹਨੂੰ ਕਲਪੂਸ਼ਨ ਜਾਦਵ ਨਾਲ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਹੈ ਪਰ ਪਾਕਿਸਤਾਨ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੰਨੀ ਸੀ ਤੇ ਹੁਣ ਜਿਹੜੇ ਹੇਗ ਅਦਾਲਤ ਦੇ ਜਿਹੜੇ 16 ਵਕੀਲਾਂ ਚੋਂ 15 ਵਕੀਲਾਂ ਨੇ ਭਰ ਦਿੱਤੀ ਇਸ ਗੱਲ ਨੂੰ ਮੰਨ ਕੇ ਜਿਹੜੀ ਆ ਉਹਦੀ ਫਾਂਸੀ ਦੀ ਸਜ਼ਾ ਤੇ ਉਹਨਾਂ ਨੇ ਕਿਹਾ ਕਿ ਤੇ ਮੋੜ ਵਿਚਾਰ ਕਰੋ ਤੇ ਉਹਨੂੰ ਜਿਹੜਾ ਭਾਰਤੀ ਸਪਰਤਕਾਂ ਦੇ ਅਧਿਕਾਰੀ ਹੈ ਉਹਨਾਂ ਨਾਲ ਮੁਲਾਕਾਤ ਕਰਨ ਦਾ ਉਹਨੂੰ ਮੌਕਾ ਦਿਓ ਇਹ ਦੋ ਗੱਲਾਂ ਤੋਂ ਪੱਖ ਤੋਂ ਭਾਰਤ ਦੀ ਬੜੀ ਵੱਡੀ ਕੂਟਨੀਤਕ ਕੂਟਨੀਤਕ ਜਿੱਤ ਹੋਈ ਹੈ ਜੀ ਤੇ ਮਾਨਕ ਸਾਹਿਬ ਜੇ ਅਸੀਂ ਪੰਜਾਬ ਦੀ ਰਾਜਨੀਤੀ ਦੇ ਵੱਲ ਆਉਨੇ ਆ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਮੀਂਹ ਪਿਆ ਮੀਂਹ ਪੈਣ ਤੋਂ ਬਾਅਦ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਆ ਹਲੇ ਤਾਂ ਪੂਰਾ ਸੌਣ ਮਹੀਨਾ ਤੇ ਭਾਦੋਂ ਦਾ ਮਹੀਨਾ ਪਿਆ ਜਿਨ੍ਹਾਂ ਨੂੰ ਅਸੀਂ ਝੜੀਆਂ ਦੇ ਮਹੀਨੇ ਕਹਿੰਦੇ ਆ ਨਾ ਕੋਈ ਅਗਾਊਂ ਪ੍ਰਬੰਧ ਕਰਦਾ ਪ੍ਰਸ਼ਾਸਨ ਨਾ ਸਾਡੀਆਂ ਸਰਕਾਰਾਂ ਇਸ ਗੱਲ ਦੇ ਲਈ ਫਿਕਰਮੰਦ ਆ ਕਿ ਧਰਤੀ ਦੇ ਹੇਠਾਂ ਪਾਣੀ ਕਿਵੇਂ ਭੇਜਿਆ ਜਾ ਸਕਦਾ ਮੀਂਹ ਦਾ ਤੇ ਇਹ ਬੜਾ ਕੀਮਤੀ ਕਿਉ ਵਰਗਾ ਪਾਣੀ ਹੈ ਪਰ ਬਠਿੰਡੇ ਦੇ ਵਿੱਚ 5 ਤੋਂ ਲੈ ਕੇ 6 ਫੁੱਟ ਤੱਕ ਪਾਣੀ ਆ ਜਿਹੜਾ ਉਹ ਆ ਗਿਆ ਤੇ ਜਿਹੜੇ ਚ ਆ ਡਾਕਟਰ ਨਾਨਕ ਸਿੰਘ ਆ ਜਿਹੜੇ ਐਸਐਸਪੀ ਐਮਐਫ ਫਰੂਕੀ ਸਾਹਿਬ ਨੇ ਜਿਹੜੇ ਹੋਰ ਸੀਨੀਅਰ ਅਧਿਕਾਰੀਆਂ ਦੀਆਂ ਕੋਠੀਆਂ ਜੜੀਆਂ ਉਹ ਬਿਲਕੁਲ ਛੱਤ ਤੱਕ ਪਾਣੀ ਪਹੁੰਚ ਗਿਆ ਕੀ ਕਹਿਣਾ ਚਾਹੋਗੇ ਹਰਸਿਵਰਤ ਕੌਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਆਪਸ ਵਿੱਚ ਟਵੀਟ ਕਰ ਕਰਕੇ ਝਗੜੀ ਜਾਂਦੇ ਆ ਇਹਨੂੰ ਅਸਤੀਫਾ ਦੇਣਾ ਚਾਹੀਦਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਕਰਨਾ ਕੀ ਚਾਹੀਦਾ ਜੀ ਰਹਿਣਾ ਜੀ ਗੱਲ ਇਹ ਆ ਕਿ ਜਿਹੜਾ ਪੰਜਾਬ ਵਿੱਚ ਵੀ ਤੇ ਸਮੁੱਚੇ ਦੇਸ਼ 'ਚ ਵੀ ਜਿਹੜੀ ਗਵਰਨੈਂਸ ਆ ਜਿਹੜਾ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਟੈਟਰੀ ਹੋ ਚੁੱਕਾ ਰਾਜਕਤਾ ਫੈਲ ਚੁੱਕੀ ਐ ਸਭ ਪਾਰਲੀਮੈਂਟ ਦੇ ਅੰਦਰ ਬੈਠ ਕੇ ਵਿਧਾਨ ਸਭਾਵਾਂ ਦੇ ਅੰਦਰ ਬੈਠ ਕੇ ਜਾਂ ਪ੍ਰੈਸ ਕਾਨਫਰੰਸਾਂ 'ਚ ਬੈਠ ਕੇ ਸਾਡੇ ਲੀਡਰ ਜਿੱਡੇ ਮਰਜ਼ੀ ਵੱਡੇ ਵੱਡੇ ਦਾਅਵੇ ਕਰਨ ਜੋ ਮਰਜ਼ੀ ਵਾਅਦੇ ਕਰਨ ਉਹਨਾਂ ਦੀ ਹਕੀਕਤ ਜਿਹੜੀ ਆ ਉਹ ਜਦੋਂ ਕੋਈ ਕੁਦਰਤੀ ਆਫਤ ਪੈਂਦੀ ਆ ਤਾਂ ਸਾਹਮਣੇ ਆ ਜਾਂਦੀ ਆ ਅਸੀਂ ਦੇਖਿਆ 88 ਚ ਵੀ ਜਿਹੜਾ ਪੰਜਾਬ ਚ ਬਹੁਤ ਵੱਡਾ ਜਿਹੜੇ ਹੜ੍ਹ ਆਏ ਸੀ ਬੜੀ ਬਾਰਿਸ਼ ਹੋਈ ਸੀ ਬਹੁਤ ਸਰੀਆਂ ਥਾਵਾਂ ਤੋਂ ਸਾਡੀ ਜਿਹੜੀ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਜਰਨਲਿਸਟ ਸੜਕ ਐ ਵੀ ਕਈਆਂ ਥਾਵਾਂ ਤੋਂ ਟੁੱਟ ਗਈ ਸੀ ਤੇ ਬੜੀਆਂ ਮਾੜੀਆਂ ਹਾਲਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ ਉਦੋਂ ਪਟਿਆਲੇ ਚ ਵੀ ਬਹੁਤ ਭਿਆਨਖੜ ਆਏ ਸੀ ਹੁਣ ਜਿਸ ਤਰ੍ਹਾਂ ਬਠਿੰਡੇ ਸੰਗਰੂਰ ਤੇ ਪਟਿਆਲੇ ਚ ਹੁਣ ਦੁਬਾਰਾ ਹੜ੍ਹ ਆਇਆ ਇਹ ਸਾਰੀ ਗੱਲ ਮੰਗ ਕਰਦੀ ਆ ਕਿ ਪੰਜਾਬ ਦਾ ਕੋਈ ਮਾਸਟਰ ਪਲਾਨ ਹੋਵੇ ਪੰਜਾਬ ਦੇ ਜਿਹੜੀ ਸਾਡੀ ਜ਼ਮੀਨ ਹੈ ਉਹਦੀ ਉਹਦਾ ਵਹਿਣ ਕਿੱਧਰ ਨੂੰ ਆ ਕਿੱਥੋਂ ਕਿੱਥੋਂ ਜਿਹੜੇ ਸਾਡੇ ਬਰਸਾਤੀ ਨਾਲੇ ਆ ਉਹ ਪੰਜਾਬ ਚ ਦਾਖਲ ਹੁੰਦੇ ਆ ਉਹਨਾਂ ਦਾ ਵਹਾ ਕਿੰਨਾ ਉਹਨਾਂ ਚ ਪਾਣੀ ਹੁੰਦਾ ਤੇ ਉਹਨਾਂ ਦਾ ਵਹਾ ਜਿਹੜੇ ਕਿੱਥੇ ਤੱਕ ਜਾਂਦੇ ਆ ਤੇ ਉਹਨਾਂ ਲਈ ਰਸਤਾ ਅਸੀਂ ਕਿਸ ਤਰ੍ਹਾਂ ਸਾਫ਼ ਰੱਖਣਾ ਹੁੰਦਾ ਇਹ ਆ ਕਿ ਵਕ ਵਕ ਸਮੇਂ ਤੇ ਨਦੀਆਂ ਨਾਲੇ ਆ ਜਿਹੜੇ ਬਹੁਤ ਸਾਰੇ ਜਿਹੜੇ ਖੇਤੀਬਾੜੀ ਲਈ ਕਿਸਾਨ ਉਹਨਾਂ ਨੂੰ ਜ਼ਮੀਨ ਕਰਾ ਕੇ ਆਪਣੀ ਜ਼ਮੀਨ ਚ ਮਿਲਾ ਲੈਂਦੇ ਆ ਤੇ ਜਦੋਂ ਕਲੋਨੀਆਂ ਬਣਦੀਆਂ ਜਿਹੜੀਆਂ ਇਮਾਰਤਾਂ ਉਹਨੀਆਂ ਬਣਦੀਆਂ ਸੜਕਾਂ ਬਣਦੀਆਂ ਇਹਦੇ ਚ ਵੀ ਜਿਹੜੇ ਨਦੀਆਂ ਨਾਲਿਆਂ ਦੇ ਵਹਾਅ ਆ ਉਹਨਾਂ ਦਾ ਜਿਹੜਾ ਖਿਆਲ ਨਹੀਂ ਰੱਖਿਆ ਜਾਂਦਾ ਸਾਡਾ ਕੋਈ ਪਲੈਨਿੰਗ ਨਹੀਂ ਹੁੰਦੀ ਤੇ ਜਦੋਂ ਜਿੱਥੇ ਮਰਜ਼ੀ ਕੋਈ ਸਰਕਾਰੀ ਪੱਧਰ ਤੇ ਗੈਰ ਸਰਕਾਰੀ ਪੱਧਰ ਤੇ ਕਲੋਨੀ ਬਣਾ ਰਿਆ ਇਥੋਂ ਤੱਕ ਕਿ ਸਰਕਾਰੀ ਇਮਾਰਤਾਂ ਜਿਹੜੀਆਂ ਜਿਹੜੇ ਜਿਹੜੇ ਨਦੀਆਂ ਨਾਲਿਆਂ ਤੋਂ ਪ੍ਰਭਾਵਿਤ ਜਿਹੜੇ ਇਲਾਕੇ ਆ ਉਹਨਾਂ ਚ ਸਰਕਾਰੀ ਇਮਾਰਤਾਂ ਬਣ ਜੰਦੀਆਂ ਬੱਸ ਸਟੈਂਡ ਬਣ ਜਾਂਦੇ ਤੇ ਜਦੋਂ ਫਿਰ ਹੜ੍ਹਾਂ ਆਦੇ ਆ ਜਿਹੜਾ ਪਾਣੀ ਨੇ ਆਪਣਾ ਜਿਹੜਾ ਕੁਦਰਤੀ ਵਹਾਅ ਆ ਉਹ ਤਾਂ ਉਹਨੇ ਲੈਣਾ ਹੀ ਹੁੰਦਾ ਪਾਣੀ ਨੇ ਤੇ ਪਾਣੀ ਫਿਰ ਜਿਹੜਾ ਉਹ ਭਰ ਜਾਂਦਾ ਜਿਹੜਾ ਕਲੋਨੀਆਂ ਚ ਭਰ ਜਾਂਦਾ ਸਰਕਾਰੀ ਦਫ਼ਤਰਾਂ ਚ ਭਰ ਜਾਂਦਾ ਇਸੇ ਤਰ੍ਹਾਂ ਬਠਿੰਡੇ ਚ ਪਿਛਲੇ ਸਾਲਾਂ ਚ ਬਠਿੰਡੇ ਦਾ ਵਿਕਾਸ ਤਾਂ ਬਹੁਤ ਹੋਇਆ ਪਰ ਜੋ ਜਿਸ ਤਰ੍ਹਾਂ ਹੁਣ ਹੜ ਆਇਆ ਤੇ ਉਹਨੇ ਦੱਸ ਦਿੱਤਾ ਇਹ ਵਿਕਾਸ ਜਿਹੜਾ ਉਹ ਯੋਜਨਾਬੱਧ ਨਹੀਂ ਸੀਗਾ ਇਹਦੇ ਵਿੱਚ ਵਾਟਰ ਮੈਨੇਜਮੈਂਟ ਜਿਹੜਾ ਬਰਸਾਤੀ ਪਾਣੀ ਦੇ ਬਹਾ ਤੇ ਉਹਦੇ ਨਿਕਾਸ ਦੀ ਕੋਈ ਵਿਵਸਥਾ ਨਹੀਂ ਸੀਗੀ ਇਸ ਕਰਕੇ ਇਹ ਸਾਰਾ ਕੁਝ ਹੋਇਆ ਇਸ ਤੋਂ ਇਲਾਵਾ ਟੈਣਾ ਜੇ ਵੀ ਹੁੰਦਾ ਕਿ ਸੀਵਰੇਜ ਪੈ ਜਾਂਦੇ ਆ ਜਿਹੜੇ ਵੱਖ-ਵੱਖ ਥਾਵਾਂ ਤੇ ਸ਼ਹਿਰਾਂ ਚ ਉਹਦਾ ਜ ਸਫਾਈ ਦਾ ਪ੍ਰੋਪਰ ਜਿਹੜਾ ਬਕਾਇਦਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਤੇ ਜਦੋਂ ਪਹਿਲੀ ਬਰਸਾਤ ਹੁੰਦੀ ਆ ਕਿ ਸੀਵਰੇਜ ਪਹਿਲਾਂ ਹੀ ਭਰੇ ਪਏ ਹੁੰਦੇ ਆ ਤੇ ਪਾਣੀ ਜਿਹੜਾ ਸੀਵਰੇਜ ਜਾਣ ਦੀ ਥਾਂ ਤੇ ਸੜਕਾਂ ਤੇ ਆ ਜਾਂਦਾ ਇਹ ਇਹ ਕਹਾਣੀ ਵਾਰ-ਵਾਰ ਵਪਰ ਰਹੀ ਆ ਜਦੋਂ ਤੱਕ ਚੰਗੀ ਗਵਰਨੈਂਸ ਜਿਹੜੀ ਆ ਹਰ ਖੇਤਰ ਚ ਲੋਕਾਂ ਨੂੰ ਮਹੱਈਆ ਨਹੀਂ ਕੀਤੀ ਜਾਂਦੀ ਇਸ ਤਰ੍ਹਾਂ ਦੇ ਸੰਕਟਾਂ ਤੋਂ ਖੜਾ ਨਹੀਂ ਛੁੱਟਣਾ ਬਾਕੀ ਜਿਹੜੀ ਜਿੱਥੋਂ ਤੱਕ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਹੈ ਜਾਂ ਹਰਸਿਮਰਤ ਕੌਰ ਬਾਦਲ ਦੀ ਗੱਲ ਉਹ ਜਿਹੜੇ ਇਸ ਵੇਲੇ ਜਿਹੜੇ ਪ੍ਰਭਾਵਤ ਲੋਕ ਆ ਉਹਨਾਂ ਦਾ ਸਾਰਾ ਧਿਆਨ ਉਹਨਾਂ ਦੀ ਮਦਦ ਕਰਨ ਵੱਲ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਇਹਦੀ ਸਾਰੀ ਬਠਿੰਡੇ ਚ ਹੁਣ ਜਿੱਥੇ ਜਿੱਥੇ ਹੜ ਆਇਆ ਉਹਦੇ ਕੀ ਕਰਨਾ ਹੈ ਉਹਦਾ ਧਿਆਨ ਕਰਕੇ ਇੱਕ ਰਿਪੋਰਟ ਬਣਾਣੀ ਚਾਹੀਦੀ ਉਸ ਦਿਸ਼ਾ ਚ ਜਿਹੜਾ ਉਹ ਤਾਂ ਕਿ ਅੱਗੇ ਲਈ ਇਹ ਸਥਿਤੀ ਬਠਿੰਡੇ ਚ ਨਾ ਪੈਦਾ ਹੋਵੇ ਜਾਂ ਸੰਗਰੂਰ ਜਾਂ ਪਟਿਆਲੇ ਚ ਸਥਿਤੀ ਨਾ ਪੈਦਾ ਹੋਵੇ ਜਾਂ ਪੰਜਾਬ ਦੇ ਕਿਸੇ ਹੋਰ ਸ਼ਹਿਰ ਚ ਸਥਿਤੀ ਨਾ ਪੈਦਾ ਹੋਵੇ ਉਹਦੇ ਲਈ ਜਿਹੜਾ ਕੋਈ ਮਾਸਟਰ ਪਲਾਨ ਬਣਾ ਕੇ ਉਹਨੂੰ ਲਾਗੂ ਕਰਨਾ ਚਾਹੀਦਾ ਇਹ ਤਾਂ ਹੀ ਕੋਈ ਜਿਹੜੇ ਇਸ ਤਰ੍ਹਾਂ ਦੀ ਕੁਦਰਤੀ ਆਫਤਾਂ ਆਣੀਆਂ ਜਾਂ ਹੜ੍ਹਾਂ ਆਉਂਦੇ ਆ ਇਹ ਤਾਂ ਹੀ ਇਹਨਾਂ ਤੋਂ ਕੋਈ ਬਚਾਇਆ ਹੋ ਸਕਦਾ ਜੇ ਗਵਰਨੈਂਸ ਦਾ ਪ੍ਰਸ਼ਾਸਨ ਦਾ ਵਤੀਰਾ ਹੋਣ ਵਾਲਾ ਹੀ ਰਿਹਾ ਇਹ ਫੇਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਬਾਰ-ਬਾਰ ਵਾਪਰਦੀਆਂ ਰਹਿਣਗੀਆਂ ਜੀ ਮਾਨ ਸਿੰਘ ਸਭ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ ਮਸਲਾ ਹੱਲ ਨਹੀਂ ਹੋ ਰਿਹਾ ਸਿੱਧੂ ਹੁਰੀ ਵੀ ਨਹੀਂ ਝੁਕ ਰਹੇ ਕੈਪਟਨ ਹੁਰੀ ਵੀ ਨਹੀਂ ਝੁਕ ਰਹੇ ਕੈਪਟਨ ਹੁਰੀ ਦਿੱਲੀ ਦੇ ਵਿੱਚ ਕਹਿ ਕੇ ਆਏ ਆ ਕਿ ਜਾ ਕੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਦੇ ਵਿੱਚ ਅਸਤੀਫਾ ਦੇਖਾਂਗੇ ਪੜ ਕੇ ਫਿਰ ਫੈਸਲਾ ਲਵਾਂਗੇ ਪਰ ਸਿੱਧੂ ਹੁਰੀ ਹੁਣ ਦਿੱਲੀ ਚਲੇ ਗਏ ਆ ਕੀ ਮੰਨਦੇ ਹੋ ਕਿ ਜਿਹੜਾ ਇਹ ਰੇੜਕਾ ਚੱਲਦਾ ਜਿਹੜੀ ਇਹ ਤਣਾ ਤਣੀ ਚੱਲਦੀ ਹੈ ਕਿੱਥੇ ਜਾ ਕੇ ਮੁੱਕੂਗੀ ਤਣਾ ਦੀ ਗੱਲ ਇਹ ਆ ਕਿ ਜਿਹੜਾ ਇਹ ਇਸ ਮਸਲੇ ਦੇ ਬڑے ਰਾਜਨੀਤਿਕ ਪਹਿਲੂ ਆ ਬڑے ਰਾਜਨੀਤਿਕ ਪ੍ਰਭਾਵ ਆ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਕੈਪਟਨ ਅਮਿੰਦਰ ਸਿੰਘ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਉਹਨੂੰ ਪ੍ਰਵਾਨ ਕਰਕੇ ਲਾਂਭੇ ਕਰਨ ਕਿਉਂਕਿ ਇਹ ਸਾਰੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਆ ਖਾਸ ਕਰਕੇ ਜਿਹੜੇ ਨਹਿਰੂ ગાંધી ਪਰਿਵਾਰ ਆ ਉਹਦੇ ਨਾਲ ਬੜੇ ਨੇੜੇ ਦੇ ਰਿਸ਼ਤੇ ਆ ਤੇ ਉਹ ਜੇਕਰ ਜਿਹੜਾ ਕੈਪਟਨ ਅਮਿੰਦਰ ਸਿੰਘ ਨੇ ਆਪਣੇ ਤੌਰ ਤੇ ਕੋਈ ਇਸ ਤਰ੍ਹਾਂ ਦਾ ਫੈਸਲਾ ਕਰ ਦਿੱਤਾ ਤੇ ਉਹ ਤੋਂ ਬਾਅਦ ਜਿਹੜਾ ਨਵਜੋਤ ਸਿੰਘ ਸਿੱਧੂ ਜਾਂ ਕਾਂਗਰਸ ਹੀ ਛੱਡ ਦਿੰਦੇ ਆ ਤੇ ਉਹ ਤੋਂ ਬਾਅਦ ਉਹ ਕੀ ਰੁਖ اختیار ਕਰਦੇ ਆ ਉਹ ਦਾ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੁਭਾਵਨਾਵਾਂ ਤੇ ਬਹੁਤ ਅਸਰ ਪਏਗਾ ਜੇ ਉਹ ਇੱਕ ਆਜ਼ਾਦਾਨਾ ਤੌਰ ਤੇ ਕੋਈ ਪਾਰਟੀ ਬਣਾਉਣ ਦਾ ਐਲਾਨ ਕਰ ਦਿੰਦੇ ਆ ਜਾਂ ਕੋਈ ਜਿਹੜੀਆਂ ਵੱਖ-ਵੱਖ ਗੈਰਵਾਦੀ ਧਿਰਾਂ ਇਕੱਠੀਆਂ ਕਰਕੇ ਉਹਨਾਂ ਦਾ ਉਹਨਾਂ ਦੇ ਉਹ ਲੀਡਰ ਬਣ ਜਾਂਦੇ ਆ ਤੇ 2022 ਦੀਆਂ ਜਿਹੜੀਆਂ ਚੋਣਾਂ ਆਣੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਉਹਦੇ ਅੰਦਰ ਕੋਈ ਵੱਡਾ ਮੋਰਚਾ ਖੜਾ ਕਰ ਦੁੰਦੇ ਆ ਤੇ ਪੰਜਾਬ ਦੀ ਕਾਂਗਰਸ ਦੀ ਰਾਜਨੀਤੀ ਜਿਹੜੀ ਹੈ ਬੜੀ ਪ੍ਰਭਾਵਿਤ ਹੋਏਗੀ ਤੇ ਇਹਦੇ ਪੰਜਾਬ ਕਾਂਗਰਸ ਦੀ ਕੌਮੀ ਰਾਜਨੀਤੀ ਉੱਪਰ ਵੀ ਇਹਦੇ ਪ੍ਰਭਾਵ ਪੈਣਗੇ ਸੋ ਨਵਜੋਤ ਸਿੰਘ ਸਿੱਧੂ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਜੇ ਤੁਸੀਂ ਅੱਜ ਵੀ ਸੋਸ਼ਲ ਮੀਡੀਆ ਦੇਖ ਲੋ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਤੇ ਉਹ ਉਹਦੀ ਜਿਹੜੀ ਰਾਜਨੀਤੀ ਹੈ ਜਿਹਾ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ ਉਹ ਦਾ ਸਮਰਥਨ ਕਰਦਾ ਤੇ ਲੋਕਾਂ ਚ ਇਹ ਵੀ ਬੜਾ ਪ੍ਰਭਾਵ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਇਮਾਨਦਾਰ ਲੀਡਰ ਹੈ ਕਿਉਂਕਿ ਸਾਰੇ ਪ੍ਰਸ਼ਾਸਨ ਦੇ ਵਿੱਚ ਕਰਪਸ਼ਨ ਹੈ ਇਸ ਕਰਕੇ ਇਹ ਜਿਹੜਾ ਇੱਕ ਕਮਾਂਡਰ ਲੀਡਰ ਹੈ ਉਹ ਕਾਂਗਰਸ ਦਾ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਉਹਦੇ ਵਿੱਚ ਉਹ ਉਹਦਾ ਸਮੇਲਤਾ ਜਾਂ ਉਹਦੀ ਉਹ ਉਹਦੇ ਵਿੱਚ ਕੰਮ ਕਰਨਾ ਉਹਦੇ ਲਈ ਮੁਸ਼ਕਲ ਹੋ ਰਿਹਾ ਤੇ ਇਹ ਜਿਹੜਾ ਕਰਪਟ ਪ੍ਰਸ਼ਾਸਨ ਹੈ ਉਹਨੂੰ ਸੈਣਾ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਸੈਣਾ ਵੀ ਮੁਸ਼ਕਲ ਬਣ ਰਿਹਾ ਜਿਹੜੀ ਜਿਹੜੀ ਭ੍ਰਿਸ਼ਟਾਚਾਰ ਦੀ ਕੜੀ ਆ ਕਿਤੇ ਨਾ ਕਿਤੇ ਉਹਦੇ ਵਿੱਚ ਰਿਕਵਰਡ ਹੈ ਲੋਕ ਇਸ ਤਰ੍ਹਾਂ ਸੋਚਦੇ ਆ ਇਹ ਗੱਲ ਕਿੱਥੋਂ ਤੱਕ ਠੀਕ ਹੈ ਨਹੀਂ ਠੀਕ ਹੈ ਵੱਖਰੀ ਗੱਲ ਹੈ ਪਰ ਲੋਕ ਇਸ ਤਰ੍ਹਾਂ ਸੋਚਦੇ ਆ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਨਵਜੋਤ ਸਿੰਘ ਸਿੱਧੂ ਦਾ ਜੇਕਰ ਅਸਤੀਫਾ ਕੈਪਟਨ ਅਮਨਿੰਦਰ ਸਿੰਘ ਨੇ ਸਵੀਕਾਰ ਕੀਤਾ ਤਾਂ ਉਹ ਕਾਂਗਰਸ ਦੀ ਹਾਈ ਕਮਾਂਡ ਨਾਲ ਸਲਾਹ مشورہ ਕਰਕੇ ਹੀ ਹੋਊਗਾ ਤੇ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਬਣੇ ਰਹਿੰਦੇ ਆ ਤੇ ਉਹਨਾਂ ਨੂੰ ਅੱਗੇ ਉਹਨਾਂ ਨੇ ਕਿਵੇਂ ਕੰਮ ਕਰਨਾ ਕਿਸ ਸਿਆਸੀ ਕੰਮ ਕਰਨਾ ਇਹਦੇ ਉੱਪਰ ਵੀ ਕਾਂਗਰਸ ਆਈ ਕਮਾਂਡ ਨੂੰ ਤੇ ਪੰਜਾਬ ਦੀ ਕਾਂਗਰਸ ਨੂੰ ਵਿਚਾਰ ਕਰਨੀ ਪੈਗੀ ਜੀ ਤੇ ਮਾਨ ਸਿੰਘ ਜੇਸੀ ਗੱਲ ਕਰਦੇ ਆ ਬੇਅਦਮੀ ਕਾਂਡ ਦੇ ਮਾਮਲੇ ਦੀ ਸੀਬੀਆਈ ਦੇ ਵੱਲੋਂ ਕਲੋਜ਼ਰ ਰਿਪੋਰਟ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਹੈ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ ਕਾਂਗਰਸੀ ਅਕਾਲੀ ਦਲ ਦੇ ਆਗੂਆਂ ਨੂੰ ਲੰਮੇ ਹੱਥੀਂ ਲੈ ਰਹੇ ਆ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮਸਲੇ ਦੇ ਉੱਤੇ ਮਾਜਰਾ ਕੀ ਹੈ ਤੇ ਹੱਲ ਕੀ ਨਿਕਲ ਸਕਦਾ ਜੀ ਦੇਖੋ ਰਣਾ ਜੀ ਜਿਹੜਾ ਬੇਅਦਬੀ ਦਾ ਮਾਮਲਾ ਸੀ ਪੰਜਾਬ ਚ ਪਿਛਲੇ 3-4 ਸਾਲਾਂ ਤੋਂ ਇਹ ਛਾਇਆ ਰਿਹਾ ਇਹਦੇ ਤੇ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਕਾਫੀ ਜਿਹੜਾ ਟਕਰਾਅ ਹੁੰਦਾ ਰਿਹਾ ਜਿਹੜੀਆਂ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਉਸ ਸਮੇਂ ਵੀ ਇਹ ਕਾਫੀ ਇੱਕ ਪ੍ਰਭਾਵੀ ਫੈਕਟਰ ਦੇ ਤੌਰ ਤੇ ਪੰਜਾਬ ਦੀ ਰਾਜਨੀਤੀ ਸੀਗਾ ਇਹਦਾ ਲਾਭ ਵੀ ਕਾਂਗਰਸ ਨੂੰ ਮਿਲਿਆ ਤੇ ਫਿਰ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਟੀਵੀ ਚੈਨਲ ਚਲਾ ਕੇ ਉਹਦੇ ਤੇ ਚਰਚਾ ਕੀਤੀ ਗਈ ਹੈ ਜਿਸ ਤਰ੍ਹਾਂ ਜਿਹੜਾ ਪਾਣੀ ਪੀਪੀ ਕੇ ਅਕਾਲੀ ਦਲ ਨੂੰ ਕੋਸਿਆ ਗਿਆ ਸਭ ਕੁਝ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਉਹ ਉਹਦੇ ਨਾਲ ਇੱਕ ਬਹੁਤ ਵੱਡਾ ਸਿਆਸੀ ਮੁੱਦਾ ਇਹ ਬਣ ਗਿਆ ਧਾਰਮਿਕ ਮੁੱਦਾ ਤਾਂ ਪਹਿਲਾਂ ਹੀ ਸੀਗਾ ਇਹਦੇ ਤੇ ਬਰਗਾੜੀ 'ਚ ਕੁਝ ਤਰ੍ਹਾਂ ਨੇ ਮੋਰਚਾ ਵੀ ਲਾਇਆ ਸੀ ਪਰ ਹੁਣ ਜੇ ਇਹ ਸਾਰੇ ਕਬਾਇਦ ਦੇ ਬਾਵਜੂਦ ਜੇ ਦੋਸ਼ੀਆਂ ਤੱਕ ਜਾਂਚ ਨਹੀਂ ਪਹੁੰਚਦੀ ਤੇ ਦੋਸ਼ੀਆਂ ਨੂੰ ਜਿਹੜਾ ਬਿਆਦਵੀ ਦੇ ਮਾਮਲੇ 'ਆਂ ਸਜ਼ਾ ਨਹੀਂ ਮਿਲਦੀ ਤੇ ਲੋਕਾਂ ਦੀ ਇਹਨਾਂ ਸੰਤੁਸ਼ਟੀ ਨਹੀਂ ਹੋਏਗੀ ਤੇ ਜਿਹੜੀਆਂ ਵੀ ਤਰ੍ਹਾਂ ਇਹ ਚ ਰਿਕਵਟ ਬਣਦੀਆਂ ਲੋਕ ਉਹ ਲੋਕਾਂ ਦੇ ਉਹ ਜਿਹੜਾ ਰੋਸ ਦਾ ਜਾਂ ਗੁੱਸੇ ਦਾ ਸ਼ਿਕਾਰ ਬਣ ਗਏ ਤੇ ਜਿਹੜੀ ਇਹ ক্লোਜ਼ਰ ਰਿਪੋਰਟ ਹੈ ਜਿਹੜੀ ਪੇਸ਼ ਹੋਈ ਹੈ ਇਹਦੇ ਬਾਰੇ ਜਿਹੜੇ ਆ ਹੁਣ ਕਿਆ ਸਰਾਈਆਂ ਇਹ ਲਾਈਆਂ ਜਾ ਰਹੀਆਂ ਕਿ ਕਿਉਂਕਿ ਕੁਝ ਮਹੀਨਿਆਂ ਤੱਕ ਹਰਿਆਣਾ ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹੋਣੀਆਂ ਤੇ ਜਿਹੜਾ ਡੇਰਾ ਸੱਚਾ ਸੌਦਾ ਹੈ ਹਰਿਆਣੇ ਦੀ ਰਾਜਨੀਤੀ 'ਚ ਇੱਕ ਬਹੁਤ ਵੱਡਾ ਤੱਤ ਆ ਫੈਕਟਰ ਹੈ ਤੇ ਉਹਦੀਆਂ ਵੋਟਾਂ ਲੈਣ ਲਈ ਕੇਂਦਰ ਸਰਕਾਰ ਦੇ ਪ੍ਰਭਾਵधीन ਜਿਹੜੀ ਹੈ ਸੀਬੀਆਈ ਨੇ ਕਲੋਜ਼ਰ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ ਕਿ ਇਹਦੇ ਦੋਸ਼ੀ ਲੱਭ ਨਹੀਂ ਰਹੇ ਤੇ ਇਹਦੇ ਕੇਸ ਜਿਹੜਾ ਬੰਦ ਕਰ ਦਿੱਤਾ ਜਾਵੇ ਪਰ ਪੰਜਾਬ ਦੇ ਜਿਹੜੇ ਲੋਕ ਗੁਰੂਗ੍ਰਾਂਤ ਸਾਹਿਬ 'ਚ ਸ਼ਰਧਾ ਰੱਖਦੇ ਆ ਯਕੀਨ ਰੱਖਦੇ ਆ ਉਹਨਾਂ ਨੂੰ ਤੇ ਹੁੰਜ ਵੀ ਜਿਹੜੇ ਪੰਜਾਬ ਦੇ ਆਮ ਲੋਕ ਜਿਹੜੇ ਇਸ ਮੁੱਦੇ ਦਾ ਨਿਪਟਾਰਾ ਚਾਹੁੰਦੇ ਸੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਉਹਨਾਂ ਸਾਰਿਆਂ ਨੂੰ ਇਹਨਾਂ ਨਿਰਾਸ਼ਾ ਹੋਈ ਆ ਪੰਜਾਬ ਸਰਕਾਰ ਨੂੰ ਇਸ ਵਿੱਚ ਜਿਹੜਾ ਜਿਹੜੀ ਸੀਬੀਆਈ ਨੇ ਰਿਪੋਰਟ ਕਲੋਜ਼ਰ ਰਿਪੋਰਟ ਪੇਸ਼ ਕੀਤੀ ਹੈ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਕੋਈ ਰਸਤਾ ਢੰਗ ਤਰੀਕਾ ਜਿਹੜਾ ਲੱਭਣਾ ਚਾਹੀਦਾ ਕਿ ਇਸ ਮਾਮਲੇ ਦੀ ਕਿੱਦਾਂ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਤੇ ਮਾਨ ਸਿੰਘ ਸਾਹਿਬ ਜਾਣੇ ਜਾਂਦੇ ਇਹ ਦੱਸਿਓ ਜੀ ਕਿ ਮਨਜੀਤ ਸਿੰਘ ਜੀ ਕੇ ਰਿਆਂ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਤੇ ਮੁਸ਼ਕਲਾਂ ਵੱਧ ਰਹੀਆਂ ਹੁਣ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਊਗੀ ਕਿੱਥੇ ਜੇ ਮੰਨਦੇ ਹੋ ਖੜੇ ਹੋਏ ਮਨਜੀਤ ਸਿੰਘ ਜੀ ਕੇ ਨੂੰ ਰਾਜਨੀਤਿਕ ਪੱਖੋਂ ਟੈਣਾ ਜੀ ਇੱਕ ਪੱਤਰਕਾਰ ਦੇ ਤੌਰ ਤੇ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮਨਜੀਤ ਸਿੰਘ ਜੀ ਕੇ ਤੇ ਪ੍ਰਚਾਰ ਦੇ ਦੋਸ਼ ਲਗੇ ਉਹਨਾਂ ਨੇ ਪਿਛਲੇ ਸਮੇਂ ਚ ਦਿੱਲੀ ਦੀ ਰਾਜਨੀਤੀ ਚ ਸਿੱਖ ਭਾਈਚਾਰੇ ਦੇ ਅੰਦਰ ਆਪਣਾ ਬੜਾ ਪ੍ਰਭਾਵ ਉਹਨਾਂ ਨੇ ਬਣਾ ਲਿਆ ਸੀ ਔਰ ਚੰਗਾ ਪ੍ਰਭਾਵ ਬਣਿਆ ਹੋਇਆ ਸੀ ਉਹਨਾਂ ਨੂੰ ਉਦਾਰ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ ਵਦੇਸ਼ਾਂ ਦੇ ਕਟੜ ਬੰਦਕੀਆਂ ਨੇ ਉਹਨਾਂ ਤੇ ਕਈ ਹਮਲੇ ਵੀ ਕੀਤੇ ਪਰ ਲੋਕਾਂ ਚ ਇਹ ਸੀਗਾ ਕਿ ਉਹ ਇੱਕ ਦ੍ਰਿੜ ਵਿਚਾਰਾਂ ਵਾਲੇ ਉਦਾਰ ਲੀਡਰ ਹੈ ਪਰ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਵਜੋਂ ਜਿਹੜੀਆਂ ਉਹਨੇ ਜ਼ਿੰਮੇਵਾਰੀਆਂ ਨਿਭਾਈਆਂ ਉਹਦੇ ਚ ਕੁਝ ਵਿਤੀ ਜਿਹੜੀਆਂ ਗੜਬੜੀਆਂ ਦੀਆਂ ਖਬਰਾਂ ਜਦੋਂ ਸਾਹਮਣੇ ਆਈਆਂ ਤੇ ਉਹਦੇ ਨਾਲ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਸਗੇ ਜਿਹਨਾਂ ਜਾਣਨ ਵਾਲੇ ਸੀ ਉਹਨਾਂ ਨੂੰ ਵੀ ਹੈਰਾਨੀ ਹੋਈ ਹੈ ਪਰ ਹੁਣ ਜੇ ਕਾਲੀਦਾਨ ਨੇ ਤੇ ਵਿਚਾਰ ਬਟਾਂਦਰਾ ਕਰਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਉਹਨਾਂ ਤੋਂ ਅਸਤੀਫਾ ਲਿਆ ਤੇ ਹੁਣ ਇਹ ਉਹ ਜਿਹੜੇ ਭ੍ਰਿਸ਼ਟਾਚਾਰ ਦੇ ਉਹਨਾਂ ਦੇ ਦੋਸ਼ ਲੱਗੇ ਆ ਜਿਹੜੇ ਉਹ ਸਰ ਵੱਖ-ਵੱਖ ਏਜੰਸੀਆਂ ਦੀ ਜਾਂਚ ਕਰ ਰਹੀਆਂ ਤਾਂ ਹੁਣ ਸਮੇਂ ਦਾ ਤਕੱਜ਼ਾ ਇਹੀ ਆ ਕਿ ਉਹਦੇ ਉਹਨਾਂ ਏਜੰਸੀਆਂ ਦੇ ਸਾਹਮਣੇ ਉਹ ਮਨਜੀਤ ਸਿੰਘ ਜੀ ਕੇ ਆਪਣਾ ਪੱਖ ਪੇਸ਼ ਕਰਨ ਜੇ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਜੇ ਉਹਨਾਂ ਨੇ ਕੁਝ ਗਲਤ ਕੀਤਾ ਤੇ ਫਿਰ ਉਹਨਾਂ ਨੂੰ ਜਿਹੜੇ ਕਾਨੂੰਨ ਦੇ ਸਾਹਮਣੇ ਇੱਕ ਨਾਗਰਿਕ ਵਜੋਂ ਜੋ ਵੀ ਉਹਦੇ ਸਿੱਟੇ ਨਿਕਲਦੇ ਆ ਜੋ ਸਜ਼ਾ ਉਹਨਾਂ ਨੂੰ ਭੁਗਤਣੀ ਪੈਂਦੀ ਆ ਤਾਂ ਭੁਗਤਣ ਲਈ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਜੀ ਲੀਡਰ ਚਾਹੇ ਕੋਈ ਵੀ ਜਿੱਡਾ ਮਰਜੀ ਵੱਡਾ ਹੋਵੇ ਤੇ ਜੇ ਜਿਹੜੇ ਜੇ ਕੁਝ ਉਹਨੇ ਗਲਤ ਕੀਤਾ ਉਹਨੂੰ ਜਿਹੜਾ ਉਹਦੀ ਸਜ਼ਾ ਤਾਂ ਮਿਲਣੀ ਚਾਹੀਦੀ ਜੀ ਮਾਨੀਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਰ ਹਫਤੇ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਆਏ ਖਬਰਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਦਿਲੀ ਤੌਰ ਤੇ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ